ਵੇਖੋ ਯਿਸੂ ਮਸੀਹ ਨੇ ਐਗਜ਼ਾਮਪਲ ਦਿੱਤੀ, ਇੱਕ ਬੰਦਾ ਯਰੂਸ਼ਲਮ ਤੋਂ ਜ਼ਰੀਹੋ ਨੂੰ ਜਾ ਰਿਹਾ, ਖੁਦਾ ਦੇ ਘਰ ਨੂੰ ਛੱਡ ਕੇ ਪਾਪ ਦੇ ਘਰ ਨੂੰ ਜਾ ਰਿਹਾ। ਰਾਜ ਕਿਹਨਾਂ ਦੇ ਕਾਬੂ ਆ ਗਿਆ? ਡਾਕੂਆਂ ਦੇ ਕਾਬੂ ਆ ਗਿਆ। ਉਹਨਾਂ ਨੇ ਉਹਨੂੰ ਮਾਰਿਆ, ਕੁੱਟਿਆ, ਲੁੱਟਿਆ, ਅਧਮੋਇਆ ਕਰਕੇ ਸੁੱਟ ਕੇ ਚਲੇ ਗਏ। ਉਸ ਰਸਤੇ ਥਾਣੀ ਦੋ ਧਾਰਮਿਕ ਬੰਦੇ ਨੰਗੇ, ਉਹਨਾਂ ਦੀ ਦੇਖਭਾਲ ਨਹੀਂ ਕੀਤੀ, ਸਗੋਂ ਪਰੇ ਦੀ ਹੋ ਕੇ ਨੰਗੇ। ਇੱਕ ਸਾਮਰੀ ਆਇਆ, ਸਾਮਰੀ ਬਾਈਬਲ ਦੇ ਵਿੱਚ ਛੋਟੀ ਜਾਤੀ ਦੇ ਬਾਰੇ ਦੱਸਿਆ ਗਿਆ। ਉਹਨੇ ਆ ਕੇ ਜਦੋਂ ਉਹਨੂੰ ਦੇਖਿਆ, ਇਹ ਮਰਨ ਵਾਲਾ ਬੰਦਾ, ਇਹਨੂੰ ਲੁੱਟਿਆ ਗਿਆ, ਇਹਨੂੰ ਮਾਰਿਆ ਗਿਆ, ਇਹਨੂੰ ਕੁੱਟਿਆ ਗਿਆ, ਉਹਨੇ ਚੁੱਕ ਕੇ ਉਹਦੇ ਜ਼ਖਮ ਵਗੈਰਾ ਸਾਫ਼ ਕੀਤੇ, ਆਪਣੀ ਗੱਦੀ 'ਤੇ ਲੱਦ ਕੇ ਉਹਨੂੰ ਹੋਸਪਿਟਲ ਖੜਿਆ। ਹੋਸਪਿਟਲ ਵਾਲੇ ਨੂੰ ਜਾ ਕੇ ਕੋਲੋਂ ਪੈਸੇ ਦਿੱਤੇ, ਇਹਦਾ ਧਿਆਨ ਰੱਖੀ, ਇਹਦੀ ਦੇਖਭਾਲ ਕਰੀ। ਹਲੇਲੂਇਆ, ਕੀ ਕਰੀ ਇਹਦੀ? ਜੇ ਤੇਰਾ ਹੋਰ ਸਾਹ ਬਣੂ, ਉਹ ਵੀ ਤੈਨੂੰ ਮੈਂ ਦਊਂ। ਸਾਨੂੰ ਕਿੱਦਾਂ ਚੇਤਾ ਭੁੱਲ ਜਾਂਦਾ, ਅਸੀਂ ਵੀ ਡਾਕੂਆਂ ਦੇ ਕਾਬੂ ਆਏ ਸੀ। ਹਲੇਲੂਇਆ, ਸਾਨੂੰ ਵੀ ਲੁੱਟਿਆ ਗਿਆ ਸੀ, ਸਾਨੂੰ ਵੀ ਅਧਮੋਇਆ ਕਰਕੇ ਸੁੱਟਿਆ ਗਿਆ ਸੀ। ਖੁਦਾ ਨੇ ਆਪਣਾ ਸੇਵਕ ਸਾਡੇ ਕੋਲ ਭੇਜਿਆ, ਖੁਦ ਯਿਸੂ ਮਸੀਹ ਇੱਕ ਸੇਵਕ ਬਣ ਕੇ ਆਇਆ, ਸਾਨੂੰ ਚੁੱਕਿਆ, ਸਾਨੂੰ ਸਾਂਭਿਆ ਗਿਆ। ਕਿੱਦਾਂ? ਨਾਲੇ ਪਾਸਟਰ ਆਪ ਦੁਆ ਕਰਦਾ ਸੀ, ਨਾਲੇ ਕਲੀਸੀਆ ਵਾਲਿਆਂ ਨੂੰ ਵੀ ਕੀ ਕਹਿੰਦਾ ਸੀ, ਇਹਦੇ ਲਈ ਕੀ ਕਰੋ? ਉੱਚੀ ਬੋਲੋ ਸਾਰੇ, ਨਾਲੇ ਆਪ ਦੁਆ ਕਰਦਾ ਸੀ ਤੇ ਨਾਲੇ ਕਲੀਸੀਆ ਨੂੰ ਵੀ ਕੀ ਕਹਿੰਦਾ ਸੀ, ਕੀ ਕਰੋ ਇਹਦੇ ਲਈ? ਹਾਂ, ਉਦੋਂ ਬੜੇ ਨਾ ਘੁੱਗੂ ਜੇ ਬਣ ਕੇ ਅੱਗੇ ਆ ਕੇ ਨਾ ਇੱਥੇ ਇੱਥੇ ਆ ਕੇ ਖਲੋ ਜਾਂਦੇ, ਕੀ ਕਰੋ ਜੀ ਸਾਡੇ ਲਈ? ਤੇ ਜਦੋਂ ਬਰਕਤਾਂ ਮਿਲ ਜਾਂਦੀਆਂ, ਜਦੋਂ ਸਭ ਕੁਝ ਮੌਜਾਂ ਲੱਗ ਜਾਂਦੀਆਂ, ਉਦੋਂ ਫਿਰ ਭਲਾ ਕਿੱਦਾਂ ਆਉਂਦੇ ਬੰਦਗੀ ਤੇ? ਐ ਆਉਂਦੇ ਆਫਰੇਸਾਨ ਅਰਗੂ ਹੈ। ਤੇ ਫਿਰ ਜੇ ਕਿਤੇ ਪਾਸਟਰ ਵੀ ਦਬਕਾ ਮਾਰਦੇ, ਪਾਸਟਰ ਜੀ ਜਿਤਵਾ ਸਾਡੀ ਹੈ, ਤੇ ਫਿਰ ਕੀ ਕਹਿਣਗੇ ਭਲਾ? ਪਾਸਟਰ ਨੇ ਵੀ ਕਹਿਣਗੇ, ਕਲੀਸੀਆ ਦੇ ਜਿਹੜੇ ਫਲਾਣੇ ਬੰਦੇ ਆ ਨਾ, ਫਲਾਣੀਆਂ ਚ ਬਹੁਤ ਖਰਾਬ, ਅਕਲ ਨਹੀਂ ਆਉਂਦੀ ਨਾ। ਅੱਛਾ, ਉਦਣ ਅਕਲ ਹੈਗੀ ਜਿੱਦਣ ਤੇਰੇ ਲਈ ਦੁਆ ਕਰਦੀ ਸਾਰੀ ਕਲੀਸੀਆ, ਹੈਨਾ? ਉਦਣ ਪਾਸਟਰ ਨੂੰ ਵੀ ਅਕਲ ਹੈਗੀ ਜਿੱਦਣ ਉਹ ਤੇਰੇ ਲਈ ਦੁਆ ਕਰਦਾ ਹੈ। ਕਿਹਦੇ ਆਖੇ ਲੱਗਣਾ ਸ਼ੁਰੂ ਹੋ ਗਿਆ? ਸ਼ੈਤਾਨ ਦੇ, ਸ਼ੈਤਾਨ ਦੇ ਆਖੇ ਲੱਗਣਾ ਸ਼ੁਰੂ ਹੋ ਗਿਆ। ਪਹਿਲਾਂ ਵੀ ਸ਼ੈਤਾਨ ਨੇ ਲੁੱਟਿਆ ਸੀ, ਪਰਮੇਸ਼ਰ ਨੇ ਚੁੱਕਿਆ। ਹਲੇਲੂਇਆ, ਆਪਣੇ ਸੇਵਕਾਂ ਦੁਆਰਾ, ਕਲੀਸੀਆ ਦੁਆਰਾ। ਹੁਣ ਫਿਰ ਸ਼ੈਤਾਨ ਲੁੱਟਣ ਲਈ ਤਿਆਰ ਖੜਾ ਜੀ। ਸਾਵਧਾਨ ਹੋ ਜਾਓ, ਬਚ ਜਾਓ। ਹਲੇਲੂਇਆ, ਯਿਸੂ ਮਸੀਹ ਕਹਿੰਦਾ ਹੈ, ਸ਼ੈਤਾਨ ਚੋਰ ਦੀ ਤਰ੍ਹਾਂ ਆਉਂਦਾ ਜੇ, ਚਰਾਉਣ ਲਈ, ਵੱਢਣ ਲਈ ਤੇ ਨਾਸ਼ ਕਰਨ ਦੇ ਲਈ। ਪਤਰਸ ਕਹਿੰਦਾ, ਉਹ ਇੱਕ ਬੁੱਕਦੇ ਹੋਏ ਸਿੰਹ ਦੀ ਤਰ੍ਹਾਂ ਆਉਂਦਾ ਜੇ। ਇੱਕ ਵਰਜਨ ਦੇ ਵਿੱਚ ਲਿਖਿਆ, ਉਹ ਇੱਕ ਪਾਗਲ ਸ਼ੇਰ ਦੀ ਤਰ੍ਹਾਂ ਆਉਂਦਾ ਜੇ, ਤਾਂ ਕਿ ਤੁਹਾਨੂੰ ਪਾੜ ਖਾਵੇ। ਪਰ ਲਿਖਿਆ, ਆਪਣੀ ਨੇਚਾ 'ਚ ਤਕੜੇ ਹੋ ਕੇ ਕੀ ਕਰੋ? ਉਹਦਾ ਸਾਹਮਣਾ ਕਰੋ। ਹੱਥ ਉਠਾ ਕੇ ਬੋਲੋ ਹਾਲੇਲੂਇਆ, ਜ਼ੋਰ ਸੇ ਬੋਲੋ ਹਾਲੇਲੂਇਆ। ਵੇਖਣਾ ਕਿਤੇ ਕੋਈ ਮੈਨੂੰ ਲੁੱਟਣਾ। ਆਪਾਂ ਕਿੱਦਾਂ ਭੁੱਲ ਜਾਂਦੇ ਹਾਂ, ਸਾਡੇ ਪਾਸਟਰ ਨੇ ਸਾਡੇ ਲਈ ਮਿਹਨਤ ਕੀਤੀ ਆ, ਸਾਡੀ ਕਲੀਸੀਆ ਨੇ ਸਾਡੇ ਲਈ ਮਿਹਨਤ ਕੀਤੀ ਆ। ਬੋਲੋ ਹਾਲੇਲੂਇਆ।
ਉਸੇ ਕਲੀਸੀਆ 'ਚੋਂ ਸਾਨੂੰ ਪਿਆਰ ਮਿਲਿਆ, ਇੱਜ਼ਤ ਮਿਲੀ, ਸਭ ਕੁਝ ਮਿਲਿਆ। ਕੋਈ ਨਹੀਂ ਫਿਰ ਕੀ ਹੋਇਆ, ਜੇ ਕੋਈ ਗੱਲ ਹੋ ਗਈ ਆ, ਕੋਈ ਗੁੱਸਾ ਗਿਲਾ ਹੋ ਗਿਆ ਤਾਂ ਉਹਨੂੰ ਬਹਿ ਕੇ ਦੂਰ ਕਰੋ।